ਲਪਿੰਦਰ ਕੋਲ ਕਿਹੜੇ ਸਕੂਲ 'ਚ ਪੜ੍ਹਦੇ ਤੁਸੀਂ? ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੀਮ ਨਗਰ ਮੋਗਾ। ਅੱਜ ਕੀ ਪ੍ਰੋਗਰਾਮ ਕਰਾਇਆ ਜਾ ਰਿਹਾ ਇੱਥੇ? ਸਾਡੇ ਸਕੂਲ ਵਿੱਚ ਅੱਜ ਸਮਾਜਿਕ ਸਿੱਖਿਆ ਮੇਲਾ ਲਗਵਾਇਆ ਜਾ ਰਿਹਾ। ਅਤੇ ਕੀ ਨੌਲੇਜ ਦਿੱਤੀ ਜਾ ਰਹੀ ਤੁਹਾਨੂੰ? ਸਾਨੂੰ ਇਸ ਵਿੱਚ ਤਰ੍ਹਾਂ ਤਰ੍ਹਾਂ ਦੇ ਮਾਡਲ ਕਿਰਿਆਵਾਂ ਕਰਵਾ ਕੇ, ਜਿਹੜੀ ਚੀਜ਼ ਅਸੀਂ ਪੜ੍ਹ ਕੇ ਜ਼ਿਆਦਾ ਨਹੀਂ ਆਪਣੇ ਮਾਇੰਡ ਵਿੱਚ ਸਟੋਰ ਕਰ ਸਕਦੇ ਵੀ ਸਾਨੂੰ ਸਮਝ ਲੱਗੇ, ਉਹ ਅਸੀਂ ਸਾਨੂੰ ਮੈਮ ਲਾਈਵ ਕਰਵਾ ਕੇ ਮਤਲਬ ਸਮਝਾਉਂਦੇ ਆ ਵੀ ਕੀ ਪੜ੍ਹਾਈ ਵਿੱਚ ਕਰਨਾ ਚਾਹੀਦਾ। ਜਿਸ ਤਰ੍ਹਾਂ ਕਿਤਾਬਾਂ ਦੇ ਵਿੱਚ ਯੋਧਾ ਅਕਬਰ ਦਾ ਨਾਮ ਆਉਂਦਾ ਹੈ, ਤੁਸੀਂ ਹਿਸਟਰੀ ਪੜ੍ਹਦੇ ਹੋ, ਇੱਕ ਟੀਵੀ ਸੀਰੀਅਲ 'ਚ ਵੀ ਆਉਂਦਾ ਸੀਗਾ, ਤੁਹਾਨੂੰ ਜ਼ਿਆਦਾ ਕਿਸ ਨੌਲੇਜ ਪਤਾ ਲੱਗਦੀ ਹੈ? ਜੇ ਆਪਾਂ ਕਿਤਾਬਾਂ ਵਿੱਚ ਧਿਆਨ ਨਾ ਪੜ੍ਹੀਏ, ਬਟ ਮੈਂ ਜ਼ਿਆਦਾਤਰ ਅੱਜ ਤੱਕ ਦੇਖਿਆ ਵਾ, ਮੇਰੀ ਵੀ ਇਹ ਪ੍ਰੋਬਲਮ ਹੈ ਵੀ ਜ਼ਿਆਦਾਤਰ ਤਾਂ ਟੀਵੀ ਤੋਂ ਹੀ ਪਤਾ ਲੱਗਦਾ, ਕਿਉਂਕਿ ਜਦੋਂ ਆਪਣੇ ਕਰੈਕਟਰ ਅਲੱਗ ਅਲੱਗ ਹੁੰਦੇ ਆ ਤਾਂ ਇਸ ਕਰਕੇ ਸਮਝ ਲੱਗਦਾ ਆਪਾਂ ਨੂੰ। ਜਿਹਦੇ ਮੇਲਾ ਲਾ ਰਹੇ ਜਾਂ ਕਿੰਨੀ ਨੌਲੇਜ ਮੇਰੀ ਬੱਚਿਆਂ ਨੂੰ? ਬਹੁਤ ਜ਼ਿਆਦਾ, ਇਸ ਵਿੱਚ 6ਵੀਂ ਤੋਂ 10ਵੀਂ ਤੱਕ ਦੇ ਬੱਚਿਆਂ ਨੂੰ ਪਾਰਟੀਸਪੇਟ ਕਰਨ ਲਈ ਸੀਗਾ, ਬਟ 6th ਕਲਾਸ ਦੇ ਬੱਚਿਆਂ ਨੇ ਚਾਰਟ ਅਤੇ ਵੱਡਿਆਂ ਕਲਾਸਾਂ ਦੇ ਬੱਚਿਆਂ ਨੇ ਮਤਲਬ 9th, 8th, 9th, 10th ਸਾਰਿਆਂ ਨੇ ਮਾਡਲ ਸੁਣਾਏ। ਜਿਹੜਾ ਪ੍ਰੋਗਰਾਮ ਕਰਾਇਆ ਗਿਆ ਸਕੂਲ 'ਚ, ਕੀ ਪ੍ਰੋਗਰਾਮ ਸੀ ਜੀ? ਸਿੱਖਿਆ ਵਿਭਾਗ ਦੀਆਂ ਹਦਾਇਤਾਂ ਦੇ ਅਨੁਸਾਰ ਸਾਰੇ ਹੀ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਸਮਾਜਿਕ ਸਿੱਖਿਆ ਵਿਸ਼ੇ ਦੇ ਨਾਲ ਸੰਬੰਧਿਤ ਮੇਲੇ ਲਗਾਏ ਜਾ ਰਹੇ ਹਨ। ਇਸ ਦੇ ਸੰਬੰਧ ਵਿੱਚ ਹੀ ਮੋਗਾ ਡਿਸਟ੍ਰਿਕਟ ਦੇ ਵਿੱਚ ਸਾਡਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੀਮ ਨਗਰ, ਉਹਦੇ ਵਿੱਚ ਅੱਜ ਸਮਾਜਿਕ ਸਿੱਖਿਆ ਵਿਸ਼ੇ ਨਾਲ ਸੰਬੰਧਿਤ ਮੇਲਾ ਲਗਾਇਆ ਜਾ ਰਿਹਾ ਹੈ। ਔਰ ਇਸ ਮੇਲੇ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਬੱਚਿਆਂ ਦੁਆਰਾ ਵੱਖ ਵੱਖ ਮਾਡਲ ਤਿਆਰ ਕੀਤੇ ਗਏ ਹਨ, ਸਕਿੱਟ ਪੇਸ਼ ਕਰਨਗੇ ਔਰ ਨਾਟਕ ਤਿਆਰ ਕੀਤੇ ਗਏ ਹਨ, ਜਿਸ ਦੇ ਵਿੱਚ ਅਸੀਂ ਸਾਰੇ ਹੀ SMC ਕਮੇਟੀ ਔਰ ਪੇਰੈਂਟਸ ਔਰ ਵਿਦਿਆਰਥੀਆਂ ਨੂੰ ਇਹ ਜਾਣਕਾਰੀ ਦੇਵਾਂਗੇ ਕਿ ਕਿਸ ਤਰ੍ਹਾਂ ਇੱਕ ਆਦਿ ਮਾਨਵ ਤੋਂ ਆਧੁਨਿਕ ਮਨੁੱਖ ਦੀ ਮਨੁੱਖ ਤੱਕ ਦਾ ਸਫ਼ਰ ਉਹਨੇ ਕਿਸ ਤਰੀਕੇ ਨਾਲ ਤੈਅ ਕੀਤਾ।